ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆ ਜਿਹੜੀ ਮੈਂ ਵੀਡੀਓ ਬਣਾ ਰਹੀ ਹਾਂ ਇਹਦਾ ਵੈਸੇ ਕੋਈ ਖਾਸ ਰੀਜ਼ਨ ਤਾਂ ਹੈ ਨਹੀਂਗਾ ਬਣਾਉਣ ਦਾ, ਬਟ ਫਿਰ ਵੀ ਮੈਂ ਤਾਂ ਬਣਾ ਰਹੀ ਹਾਂ ਵੀਡੀਓ ਕਿ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ, ਆਪਾਂ 21ਵੀਂ ਸਦੀ ਦੇ ਵਿੱਚ, ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਲੋਕਾਂ ਦੀ ਸੋਚ ਕੁੜੀ ਨੂੰ ਲੈ ਕੇ ਕਿੱਥੇ ਕੁ ਤੱਕ ਸੀਮਿਤ ਆ। ਬਸ ਇਹ ਵੀਡੀਓ ਬਣਾਉਣ ਦਾ ਰੀਜ਼ਨ ਇਹ ਆ। ਮੈਂ ਤੁਸੀਂ ਦੇਖਿਆ ਹੋਣਾ ਬਹੁਤ ਸਾਰੀਆਂ ਕੁੜੀਆਂ ਆ ਜਿਹੜੀਆਂ ਇੰਸਟਾਗ੍ਰਾਮ ਦੇ ਉੱਤੇ, ਫੇਸਬੁੱਕ, ਯੂਟਿਊਬ ਦੇ ਉੱਤੇ ਵੀਡੀਓਜ਼ ਪਾਉਂਦੀਆਂ ਆ, ਚਾਹੇ ਕੋਈ ਆਪਣੇ ਡਾਂਸ ਦੀ, ਨੋਰਮਲ ਸੌਂਗ ਦੀ ਜਾਂ ਕੁਛ ਵੀ। ਬਹੁਤ ਸਾਰੀਆਂ ਕੁੜੀਆਂ ਆ ਜਿਹੜੀਆਂ ਅੱਜ ਕੱਲ੍ਹ ਸਾਰੀਆਂ ਐਪਲੀਕੇਸ਼ਨ ਯੂਜ਼ ਕਰਦੀਆਂ, ਅਤੇ ਆਪਣੇ ਵਿੱਚੋਂ ਵੀ ਪੰਜਾਬੀ ਰੱਖ ਲਓ ਜਾਂ ਕੋਈ ਵੀ ਰੱਖ ਲਓ, ਘੱਟੋ ਘੱਟ ਨਹੀਂ 100 ਦੇ ਵਿੱਚੋਂ 90% ਲੋਕ ਔਨਲਾਈਨ ਹੋਏ ਹੋਏ ਆ। ਇੰਸਟਾਗ੍ਰਾਮ, ਯੂਟਿਊਬ, ਸਨੈਪਚੈਟ, ਵਟਸਐਪ, ਮਤਲਬ ਹਰ ਕੋਈ ਅੱਜ ਕੱਲ੍ਹ, ਕੋਈ ਵੀ ਬੱਚੇ ਤੱਕ ਨਹੀਂ ਇਸ ਚੀਜ਼ ਦੇ ਵਿੱਚੋਂ ਹੈਗੇ, ਵੀ ਸਭ ਕੁਛ ਸਾਰੇ ਯੂਜ਼ ਕਰਦੇ ਆ। ਅਤੇ ਜਦੋਂ ਆਪਾਂ ਰੀਲਸ ਦੇਖਦੇ ਹਾਂ ਜਾਂ ਕਿਸੇ ਕੁੜੀ ਦੀ ਵੀਡੀਓ ਦੇਖਦੇ ਹਾਂ ਤਾਂ, ਜਾਂ ਕੋਈ ਸੌਂਗ ਜਾਂ ਕੁਛ ਵੀ ਦੇਖਦੇ ਹਾਂ, ਜਦੋਂ ਆਪਾਂ ਉਹਨਾਂ ਦੇ ਕਮੈਂਟ ਸੈਕਸ਼ਨ ਦੇ ਵਿੱਚ ਜਾਂਦੇ ਹਾਂ, ਹੈ ਨਾ, ਕਮੈਂਟ ਸੈਕਸ਼ਨ ਦੇ ਵਿੱਚ ਜਾਂਦੇ ਹਾਂ, ਕਮੈਂਟ ਰੀਡ ਕਰਦੇ ਹਾਂ, ਤਾਂ ਮੋਸਟਲੀ ਬਹੁਤ ਸਾਰੀਆਂ ਕੁੜੀਆਂ ਨੂੰ ਗਲਤ ਕਮੈਂਟ ਆਏ ਹੁੰਦੇ ਆ, ਮੈਨੂੰ ਵੀ ਆਏ ਹੁੰਦੇ ਆ, ਹੈ ਨਾ। ਅਤੇ ਚਲੋ ਆਪਾਂ ਵੈਸੇ ਤਾਂ ਧਿਆਨ ਦਿੰਦੇ ਨਹੀਂ ਹੈਗੇ ਉਹਨਾਂ ਚੀਜ਼ਾਂ ਦੇ ਉੱਤੇ, ਬਟ ਜਦੋਂ ਕਿਤੇ ਨਜ਼ਰ ਪੈ ਜਾਵੇ ਉਹਨਾਂ ਕਮੈਂਟ ਦੇ ਉੱਤੇ, ਨੋਰਮਲ ਵੀਡੀਓ ਦੇ ਉੱਤੇ, ਤੁਸੀਂ ਦੇਖੋਗੇ ਇੱਦਾਂ ਦੇ ਕਮੈਂਟ ਕਰਦੀ ਆ ਜਨਤਾ, ਮਤਲਬ ਜਿਹੜੀਆਂ ਚੀਜ਼ਾਂ ਅਸੀਂ ਸੋਚੀਆਂ ਨਹੀਂ ਹੁੰਦੀਆਂ, ਜਿਹੜੀਆਂ ਚੀਜ਼ਾਂ ਅਸੀਂ ਸੁਣੀਆਂ ਨਹੀਂ ਹੁੰਦੀਆਂ, ਹੈ ਨਾ, ਉਹ ਚੀਜ਼ਾਂ ਜਦੋਂ ਆਪਾਂ ਆਪਣੇ ਕਮੈਂਟ ਬਾਕਸ ਦੇ ਵਿੱਚ ਦੇਖਦੇ ਹਾਂ, ਫਿਰ ਕਈ ਵਾਰ ਮਨ ਨੂੰ ਥੋੜ੍ਹਾ ਜਿਹਾ ਫੀਲ ਤਾਂ ਹੁੰਦਾ ਵੀ ਹਾਂ ਅਸੀਂ ਇੱਦਾਂ ਦਾ ਕੀ ਕਰਤਾ ਜੇ, ਇੱਦਾਂ ਦਾ ਕੀ ਹੋ ਗਿਆ ਵੀ ਲੋਕ ਸਾਨੂੰ ਐਵੇਂ ਬੋਲਦੇ ਆ। ਸੋ ਮੈਂ ਇੱਕ ਸਟੋਰੀ ਪਾਈ ਸੀਗੀ ਆਪਣੇ ਉਹਦੇ 'ਤੇ, ਇੰਸਟਾਗ੍ਰਾਮ ਪੇਜ ਦੇ ਉੱਤੇ, ਕਿ ਜਿਹੜੇ ਆਪਣੀਆਂ ਜਿਹੜੇ ਕੁੜੀਆਂ ਨੂੰ ਗਲਤ ਬੋਲਦੇ ਆ, ਪਰਮਾਤਮਾ ਉਹਨਾਂ ਦੇ ਘਰ ਚਾਰ ਚਾਰ ਪੰਜ ਪੰਜ ਧੀਆਂ ਦੇਵੇ, ਤਾਂ ਜੋ ਉਹਨਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਕੁੜੀਆਂ ਨੂੰ ਕੀ ਸੁਣਨਾ ਪੈਂਦਾ ਲੋਕਾਂ ਤੋਂ, ਕਿਵੇਂ ਉਹ ਫੇਸ ਕਰਦੇ ਆ, ਕਰਦੀਆਂ ਵਾ ਕਮੈਂਟ ਗਲਤ, ਰੋਂਗ, ਜੋ ਵੀ ਸਾਰਾ ਕੁਛ, ਹੈ ਨਾ, ਅਤੇ ਉਹਨਾਂ ਨੂੰ ਪਤਾ ਲੱਗੇ ਕਿ ਉਹ ਫੀਲਿੰਗ ਕਿੱਦਾਂ ਦੀ ਹੁੰਦੀ ਆ ਜਦੋਂ ਆਪਣੀ ਧੀ, ਆਪਣੀ ਭੈਣ, ਆਪਣੀ ਵਾਈਫ ਦੇ ਬਾਰੇ ਉਹ ਚੀਜ਼ਾਂ ਸੁਣਦੇ ਆ। ਮੈਨੂੰ ਲੱਗਦਾ ਹੈ ਇਹ ਉਹ ਲੋਕ ਆ ਜਿਨ੍ਹਾਂ ਨੇ ਦੁਨੀਆ ਦੇਖੀ ਨਹੀਂ ਹੈਗੀ, ਬਸ ਸਿਰਫ ਫੋਨ ਦੇ ਵਿੱਚ ਹੀ ਉਹਨਾਂ ਨੂੰ ਪਤਾ ਲੱਗ ਰਿਹਾ ਵਾ ਵੀ ਹਾਂ ਆਹ ਚੀਜ਼ ਗਲਤ ਆ, ਆਹ ਕੁੜੀ ਨੇ ਐਂ ਕੀਤਾ, ਆਹ ਕੁੜੀ ਨੇ ਉਹ ਕੀਤਾ। ਮੈਂ ਸਾਰਿਆਂ ਨੂੰ ਨਹੀਂ ਕਹਿ ਰਹੀ ਹੈਗੀ, ਬਹੁਤ ਸਾਰੇ ਮੁੰਡੇ ਆ, ਬਹੁਤ ਸਾਰੇ ਜੈਂਟਸ ਆ ਜਿਹੜੇ, ਬਹੁਤ ਸਾਰੇ ਬਜ਼ੁਰਗ ਵੀ ਆ ਜਿਹੜੇ ਕਿ ਕੁੜੀਆਂ ਦੀ ਬਹੁਤ ਰਿਸਪੈਕਟ ਕਰਦੇ ਆ, ਦਿਲੋਂ ਰਿਸਪੈਕਟ ਕਰਦੇ ਆ, ਹੈ ਨਾ, ਬਟ ਕਈ ਇੱਦਾਂ ਦੇ ਆ ਜਿਹਨਾਂ ਨੂੰ ਆਪਾਂ ਕਹਿ ਦਈਏ ਮੱਛਰੀ ਮਢੀਰ, ਹੈ ਨਾ, ਅਤੇ ਜਿਹੜੇ ਜਿੱਦਾਂ ਦੇ ਆਪ ਹੁੰਦੇ ਆ, ਜਿੱਦਾਂ ਦੀ ਥਿੰਕਿੰਗ ਉਹ ਆਪ ਕੁੜੀਆਂ ਲਈ ਰੱਖਦੇ ਆ, ਜਾਂ ਜਿੱਦਾਂ ਦਾ ਉਹਨਾਂ ਦਾ ਵਾਤਾਵਰਨ ਉਹਨਾਂ ਦੇ ਆਲੇ ਦੁਆਲੇ ਹੁੰਦੀਆਂ, ਹੈ ਨਾ, ਕੁੜੀਆਂ ਜਿੱਦਾਂ ਦੀਆਂ ਨੂੰ ਦੇਖਦੇ ਆ, ਆਈ ਮੀਨ ਉਹ ਸਭ ਕੁੜੀਆਂ ਨੂੰ ਇੱਕੋ ਹੀ ਕੈਟਾਗਰੀ ਦੇ ਵਿੱਚ ਲੈ ਜਾਂਦੇ ਆ। ਤੁਸੀਂ ਕਿਸੇ ਨੂੰ ਕੰਮ ਕਰਦੀ ਨੂੰ ਨਹੀਂ ਦੇਖ ਕੇ ਖੁਸ਼, ਹੈ ਨਾ, ਤੁਸੀਂ ਕਿਸੇ ਨੂੰ ਮੋਡਲਿੰਗ ਕਰਦੇ ਦੇਖ ਕੇ ਨਹੀਂ ਖੁਸ਼, ਕਿਸੇ ਕੁੜੀ ਨੂੰ, ਕਿਸੇ ਨੂੰ ਤੁਸੀਂ, ਮਤਲਬ ਕਿਸੇ ਵੀ ਲਾਈਨ ਦੇ ਵਿੱਚ ਜੇ ਕੁੜੀ ਕੋਈ ਵੀ ਕਾਮਯਾਬ ਹੁੰਦੀ ਆ, ਤੁਸੀਂ ਉਹਨਾਂ ਨੂੰ ਪੋਜ਼ਿਟਿਵ ਤਾਂ ਤੁਸੀਂ ਕੀ ਕਰਨਾ, ਉਸ ਚੀਜ਼ ਨੂੰ ਬੜਾਵਾ ਤਾਂ ਤੁਸੀਂ ਉਹਨਾਂ ਨੂੰ ਕੀ ਕਹਿਣਾ ਵੀ ਹਾਂ ਤੂੰ ਕਾਮਯਾਬ ਹੋ, ਵਧੀਆ ਆਪਣਾ ਨਾਮ ਕੱਢ, ਪੈਸੇ ਬਣਾ ਜਾਂ ਕੁਛ ਵੀ ਕਰ, ਹੈ ਨਾ, ਉਹਨੂੰ ਪੋਜ਼ਿਟਿਵ ਤਾਂ ਤੁਸੀਂ ਕੀ ਕਰਨਾ ਹੁੰਦਾ, ਤੁਸੀਂ ਉਹ ਕੁੜੀ ਨੂੰ ਨੈਗੇਟਿਵ ਸਾਈਡ ਵਾਲੀ ਲੈ ਕੇ ਜਾਂਦੇ। ਪਤਾ ਨਹੀਂ ਲੋਕਾਂ ਦੀ ਸੋਚ ਇੱਦਾਂ ਦੀ ਹੋਈ ਹੈ ਕਿ ਕੁੜੀ ਨੂੰ ਆਪਾਂ ਵੱਧਦੀ ਨਹੀਂ ਦੇਖਣਾ ਚਾਹੁੰਦੇ, ਉਹਨਾਂ ਨੂੰ ਆਪਾਂ ਕਾਮਯਾਬ ਨਹੀਂ ਹੋਣਾ ਦੇਣਾ ਚਾਹੁੰਦੇ ਹੈਗੇ ਵੀ ਹਾਂ ਵੀ ਅਸੀਂ ਜੈਂਟਸ ਹਾਂ, ਅਸੀਂ ਬੰਦੇ ਹਾਂ, ਵੀ ਹਾਂ ਵੀ ਕੁੜੀਆਂ ਸਾਡੇ ਤੋਂ ਅੱਗੇ ਕਿਵੇਂ ਲੰਘ ਸਕਦੀਆਂ। ਪਹਿਲੀ ਗੱਲ ਤਾਂ ਮੈਂ ਇਹ ਕਹਿ ਦਾਂ ਕਿ ਮਰਦ ਨੂੰ ਜਨਮ ਦੇਣ ਵਾਲੀ ਵੀ ਇੱਕ ਔਰਤ ਆ, ਹੈ ਨਾ, ਤੁਹਾਡੀ ਮਾਂ, ਤੁਹਾਡੀ ਭੈਣ, ਤੁਹਾਡੀ ਵਾਈਫ, ਉਹ ਵੀ ਇੱਕ ਔਰਤ ਆ, ਅਤੇ ਜਿੰਨੀ ਰਿਸਪੈਕਟ ਆਪਾਂ ਕਹਿੰਦੇ ਹਾਂ ਵੀ ਸਾਡੀ ਮਾਂ ਭੈਣ ਕੁੜੀ ਨੂੰ ਮਿਲੇ, ਹੈ ਨਾ, ਅਤੇ ਉਨੀ ਰਿਸਪੈਕਟ ਆਪਾਂ ਦੂਜੀ ਕੁੜੀ ਨੂੰ, ਦੂਜੀ ਦੀ ਵਾਈਫ ਨੂੰ, ਦੂਜੇ ਦੀ ਮਾਂ ਨੂੰ ਦੇਣ ਦੇ ਵੀ ਹੱਕਦਾਰ ਬਣਦੇ ਹਾਂ ਕਿ ਜੇ ਉਹੀ ਆ, ਮਤਲਬ ਪਹਿਲਾਂ ਆਪਣਾ ਆਪ ਚੇਂਜ ਕਰੋ, ਆਪਣਾ ਘਰ ਚੇਂਜ ਕਰੋ, ਫਿਰ ਹੀ ਤੁਸੀਂ ਸਮਾਜ ਬਦਲੋਗੇ ਨਾ। ਪਹਿਲਾਂ ਤੁਸੀਂ, ਕਈ ਲੋਕ ਬਹੁਤ ਕਰਦੇ ਆ ਸਮਾਜ ਬਦਲਣ ਦੀਆਂ ਗੱਲਾਂ ਕਰਦੇ ਆ ਵੀ ਐਵੇਂ ਨਹੀਂ ਹੁੰਦਾ, ਉਵੇਂ ਨਹੀਂ ਹੁੰਦਾ, ਪਹਿਲਾਂ ਤੁਸੀਂ ਆਪਣਾ ਆਪ ਤਾਂ ਬਦਲੋ, ਆਪਣਾ ਘਰ ਤਾਂ ਬਦਲੋ,
कई कुड़ियां सूटां दे विच वीडियोस पाउंदियां आ, उन्हां दी कमेंट सैक्शन मैं देख दिंदी कई बार, टाइम मिल जांदा देखण नूं, आपां देखदे हुंदे आ ना, ते मीन्स उन्हां दे विच भी गलत बोलिया हुंदा आ उन्हां नूं। तुसीं सूटां वालियां नूं नहीं टिकण दिंदे, तुसीं जीना वालियां नूं नहीं टिकण दिंदे, तुसीं स्कर्टां वालियां नूं नहीं टिकण दिंदे, तुसीं चाहुंदे की हो? कि उन्हां नूं यही नहीं पता कि ये चाहुंदे की है, इन्हां नूं पता नहीं इन्हां दे माइंड सैट इदां दे होए हुए आ। लाइक जिद्दां पढ़े लिखे भी मैं दे दी, फेसबुक रख, फेसबुक, फेसबुक ते लोग सब तो वध वेले है ना, ते मतलब उन्हां नूं कोई टॉपिक, उन्हां नूं कोई चीज़ का पता ही नहीं हुंदा। हुण मैं अपनी फेसबुक ते जां इंस्टाग्राम ते जां यूट्यूब दे उत्ते कोई वीडियो शेयर करदी हां, ठीक आ, जे मैं काम करदी दी मैं कोई वीडियो पाती है ना, ते उहदे विच्चों दो चार जणे हैगे आ, पता नहीं उह लगदे आ कि की आई उह वी इन्हें ये तो काली रंग ते कमेंट करन लग जाते हैं। हुण काम करदा बंदा काला पीला ही होगा, हुण तैयार होके काम करे है ना, ठीक आ। जे आपां रेडी होके पूरा प्रॉपर किते जा रहे हैं उदों वीडियो बना ली पोस्ट कर दिती, इन्हें फिल्टर लाया, ओके ठीक आ डन, फिल्टर ते चंगा। ते जे हुण किते आपां फिर जे इन्हां नूं कुछ भी नहीं लभदा हैगा ना, फिर ये कुड़ियां दे कपड़ियां ते कमेंट करन लग जाणगे, इन्हां ने पेंट इदा पाई है, इन्होंने ये पाया वो पाया, स्कर्ट पाई है जी, ये थानू पंजाबी सूट पाने चाहिए आ, पंजाबी सभ्याचार बचाओ, कि सारा ठेका कुड़िया ने लिया होया पंजाबी सभ्याचार बचाउण दा। तुसी गुरुद्वारे जाने हो, कैपरियां पाके चल जाने हो, शॉर्ट्स पाके चल जाने हो, पेंट टॉप पेंट शर्ट पाने हो है ना, किते जाने हो, कि सभ्याचार बचाउण दा ठेका कुड़िया ने लिया होया, तुसी भी पाओ ना फिर, कुर्ते चादरे लाओ, किते ब्याह फंक्शन च जाने हो कुर्ते चादरे ला के जाया करो, फिर तुसी टाइयां ला के कोट पेंट पा के क्यों जाने हो? देखो आपां सारे इत्थे इक्वल आ है ना, कुड़ियां भी ते मुंडियां भी, थोड़ी जिही अपनी सोच बदलो, उन्ना कु कुड़ियां नूं जज करिया करो, उन्ना कु कुड़ियां नूं बोलिया करो जिन्ना कु तुसी अपनी धी अपनी माँ अपनी वाइफ दे लई सुन सकदे हो है ना। असीं चार भैणां आ, ਅਤੇ ਜੇ ਮੇਰਾ ਬਾਪੂ ਆਹੀ ਕੁਛ ਚੀਜ਼ਾਂ ਸੋਚਣ ਲੱਗ ਜਾਂਦਾ ਸ਼ਾਇਦ ਹੁਣ ਤੱਕ ਅਸੀਂ ਮਤਲਬ ਸਾਰੀਆਂ ਕੁੜੀਆਂ ਆਪਣੇ ਆਪਣੇ ਪੈਰੀ ਸਟੈਂਡ ਆ, ਬਈ ਜੇ ਉਹ ਲੋਕਾਂ ਦੀ ਸੁਣਨ ਲੱਗ ਜਾਂਦਾ ਤਾਂ ਇੱਥੋਂ ਤੱਕ ਨਹੀਂ ਪਹੁੰਚਦੀਆਂ ਹੈ ਨਾ। ਅਤੇ ਕੁੜੀਆਂ ਨੂੰ ਪੂਰਾ ਹੱਕ ਆ ਕਿ ਉਹ ਆਪਣੇ ਰਾਈਟਸ ਲੈਣ, ਆਪਣੀ ਆਵਾਜ਼ ਚੱਕਣ, ਆਪਣੇ ਹੱਕ ਦੇ ਵਿੱਚ ਬੋਲਣ, ਚੰਗਾ ਮਾੜਾ ਦੇਖਣ, ਜੋ ਉਹਨਾਂ ਦੇ ਗਲਤ ਆ ਉਹਨੂੰ ਗਲਤ ਨੂੰ ਗਲਤ ਅਤੇ ਸਹੀ ਨੂੰ ਸਹੀ ਕਹਿਣ, ਠੀਕ ਆ। ਆਪਣੀ ਜਜਮੈਂਟ ਨਾ ਦੇਣ ਲੱਗ ਜਾਇਆ ਕਰੋ ਕੁੜੀਆਂ ਨੂੰ, ਧੀਆਂ ਤੁਹਾਡੇ ਵੀ ਹੋਣੀਆਂ ਆ। ਅਸੀਂ ਤਾਂ ਫਿਰ ਵੀ ਸਾਨੂੰ ਫੋਨ ਹੋਣ ਮਿਲੇ ਆ ਹੈ ਨਾ, ਆਪਾਂ ਨੂੰ ਦੱਸਾਂ ਪੰਜਾਂ ਸੱਤਾਂ ਸਾਲਾਂ ਦੇ ਜਿਹੜੇ ਜਵਾਕ ਜੰਮਦੇ ਹੀ ਸਾਲ ਦੇ ਤੁਸੀਂ ਫੋਨ ਫੜਾ ਦਿੰਦੇ ਹੋ, ਚਾਹੇ ਕੁੜੀ ਆ ਚਾਹੇ ਮੁੰਡਾ, ਉਹਨਾਂ ਦਾ ਦੇਖੋ ਤੁਸੀਂ ਅੱਗੇ ਜਾ ਕੇ ਕੀ ਹਾਲ ਹੋਊਗਾ। ਲੋਕਡਾਊਨ ਦੇ ਵਿੱਚ ਤੁਸੀਂ ਦੇਖ ਲਓ ਬੱਚੇ ਫੋਨ ਤੋਂ ਬਿਨਾਂ ਨਹੀਂ ਰਹਿ ਰਹੇ ਹੈਗੇ, ਅਤੇ ਮੈਂ ਕਈ ਕਮੈਂਟ ਇੱਦਾਂ ਦੇ ਪੜ੍ਹੇ ਹੁੰਦੇ, ਕਹਿੰਦੇ ਹੁੰਦੇ ਸਾਡੀਆਂ ਕੁੜੀਆਂ ਵਿਗੜਦੀਆਂ ਮੈਨੂੰ ਦੇਖ ਕੇ ਜੇ ਤੁਹਾਡੀਆਂ ਜਾਂ ਹੋਰਾਂ ਕੁੜੀਆਂ ਦੇਖ ਕੇ ਤੁਹਾਡੀਆਂ ਕੁੜੀਆਂ ਵਿਗੜਦੀਆਂ ਆ, ਤੁਸੀਂ ਉਹਨਾਂ ਤੋਂ ਫੋਨ ਖੋਲੋ, ਉਹਨਾਂ ਨੂੰ ਇੰਸਟਾਗ੍ਰਾਮ ਰੀਲਸ ਜਾਂ ਕੁਛ ਚਲਾਉਣ ਨਾ ਦਿਓ, ਉਹਨਾਂ ਨੂੰ ਕਹੋ ਪੁੱਤ ਆਪਣੀ ਸਟੱਡੀ ਕਰੋ, ਸਟੱਡੀ ਕਰਕੇ ਬਾਹਰ ਜਾਓ ਅਤੇ ਉੱਥੇ ਜਾ ਕੇ ਕਾਮਯਾਬ ਹੋਵੋ, ਪੰਜਾਬ 'ਚ ਨਹੀਂ ਰਹਿਣਾ, ਕਿਉਂਕਿ ਪੰਜਾਬ ਦੇ ਵਿੱਚ ਕੋਈ ਸਕੋਪ ਨਹੀਂ ਹੈਗਾ। ਫਿਰ ਕਹਿ ਦੇਣਗੇ ਜੀ ਤੁਹਾਡਾ ਕੰਮ ਸੈੱਟ ਆ, ਵੀਰੋ ਕੰਮ ਸੈੱਟ ਕਰਨ ਨੂੰ ਟਾਈਮ ਲੱਗਦਾ ਹੁੰਦਾ ਆ। ਜਿਸ ਸਿਚੁਏਸ਼ਨ 'ਚੋਂ ਮੈਂ ਨਿਕਲ ਕੇ ਆਈ ਸੀ ਜਾਂ ਜਿੱਦਾਂ ਦੀ ਆਈ, ਜੋ ਵੀ ਜਿੱਦਾਂ ਵੀ ਪਰਮਾਤਮਾ ਨੇ ਬਹੁਤ ਵਧੀਆ ਕੀਤਾ ਹੈ ਨਾ, ਸੋ ਹਿੰਮਤ ਤਾਂ ਕਿਸੇ ਨੂੰ ਵੀ ਨਹੀਂ ਹਾਰਨੀ। ਤੁਸੀਂ ਸਾਰੇ ਮਿਹਨਤ ਕਰਨ ਤੋਂ ਡਰਦੇ ਹੋ ਵੀ ਸਾਨੂੰ ਹਾਂ 2-4 ਸਾਲ 5 ਸਾਲ ਮਿਹਨਤ ਨਾ ਕਰਨੀ ਪਵੇ, ਸਾਨੂੰ ਰੀਸੈਂਟਲੀ ਤੁਰੰਤ ਬਸ ਅੱਜ ਦੀ ਅੱਜ ਰਿਜ਼ਲਟ ਮਿਲੇ। ਹਰ ਚੀਜ਼ ਨੂੰ ਟਾਈਮ ਲੱਗਦਾ ਹੁੰਦਾ, ਚਾਹੇ ਕਿਸੇ ਕਾਮਯਾਬ ਹੋਣ ਨੂੰ, ਕਿਸੇ ਵੀ ਚੀਜ਼ ਨੂੰ ਤੁਹਾਨੂੰ ਆਪਣਾ ਪ੍ਰੋਪਰ ਟਾਈਮ ਦੇਣਾ ਪੈਂਦਾ ਹੁੰਦਾ। ਸੋ ਫਿਰ ਮੈਂ ਸਟੋਰੀ ਪਾਈ ਸੀਗੀ ਹੈ ਨਾ, ਅਤੇ ਮੈਨੂੰ ਬਹੁਤ ਜਾਣਿਆਂ ਨੇ ਮਤਲਬ ਸਪੋਰਟ ਬਹੁਤ ਕਰਦੇ ਆ, ਕੁੜੀਆਂ ਦੀ ਸਪੋਰਟ ਦੇ ਵਿੱਚ ਬਹੁਤ ਆ, ਜਿਹਨਾਂ ਨੂੰ ਪਤਾ ਹੈ। ਕਈ ਤਾਂ ਮੇਰੇ ਬਾਰੇ ਇੱਦਾਂ ਕਹਿੰਦੇ ਵੀ ਇਹ ਕੁੜੀ ਹੰਕਾਰੀ ਆ, ਇਹ ਤੁਸੀਂ ਮੈਨੂੰ ਪਰਸਨਲ ਜਾਣਦੇ ਹੋ, ਤੁਸੀਂ ਮੈਨੂੰ ਪਰਸਨਲ ਦੇਖਿਆ ਹੋਇਆ ਆ ਕਿ ਮੈਂ ਕੀ ਹਾਂ ਕਿੱਦਾਂ ਆ, ਮੈਨੂੰ ਕੋਈ ਇੱਦਾਂ ਸਫਾਈ ਦੇਣ ਦੀ ਲੋੜ ਨਹੀਂ ਹੈਗੀ ਕਿ ਮੈਂ ਕਿਵੇਂ ਆ, ਮੇਰਾ ਸੁਭਾਅ ਕਿਵੇਂ ਆ। ਜਿਹੜੇ ਮੈਨੂੰ ਜਾਣਦੇ ਆ ਮੇਰੇ ਨਾਲ ਦੇ, ਉਹਨਾਂ ਨੂੰ ਪਤਾ ਆ ਵੀ ਮੇਰਾ ਸੁਭਾਅ ਕਿਵੇਂ ਦਾ ਆ, ਕਿੱਦਾਂ ਆ। ਸੋ ਦੂਰ ਬੈਠੇ ਦੂਰ ਦੁਰਾਡੇ ਬੈਠੇ ਐਵੇਂ ਜੱਜ ਕਰੀ ਜਾਣਗੇ। ਦੇਖੋ ਮੈਂ ਆਪਣਾ ਕੰਮ ਕਰਦੀ ਹਾਂ, ਥੋੜ੍ਹਾ ਕਰਦੀ ਹਾਂ ਜ਼ਿਆਦਾ ਕਰਦੀ ਹਾਂ, ਜਿੰਨਾ ਕੁ ਵੀ ਆ ਮੈਂ ਆਪਣਾ ਕੰਮ ਕਰਦੀ ਹਾਂ। ਜਦ ਮੈਂ ਕਿਸੇ ਨੂੰ ਚੰਗਾ ਮਾੜਾ ਨਹੀਂ ਕਹਿੰਦੀ ਹੈਗੀ, ਫਿਰ ਤੁਹਾਡਾ ਵੀ ਕੋਈ ਮਤਲਬ ਨਹੀਂ ਬਣਦਾ ਹੈਗਾ ਮੈਨੂੰ ਜੱਜ ਕਰਨ ਦਾ। ਤੁਹਾਡਾ ਕੁੱਤਾ ਕੁੱਤਾ, ਸਾਡਾ ਕੁੱਤਾ ਟੌਮੀ, ਲੋਕ ਬਸ ਐਵੇਂ ਆ।
ਦੂਜਿਆਂ ਨੂੰ ਜੱਜ ਕਰੀ ਜਾਣਗੇ, ਦੂਜਿਆਂ ਨੂੰ ਕਹੀ ਜਾਣਗੇ ਉਹ ਫਲਾਨੇ ਦੀ ਕੁੜੀ ਐ, ਫਲਾਨੇ ਦਾ ਮੁੰਡਾ ਐ, ਯੇ ਆ ਵੋ ਆ, ਤੇ ਆਪ ਜਦੋਂ ਉਹੀ ਸਾਰੀਆਂ ਚੀਜ਼ਾਂ ਆਪਣੇ ਸਿਰ ਆ ਜਾਂਦੀਆਂ ਫਿਰ ਕਹਿ ਦਿੰਦੇ ਆ ਇਹ ਤਾਂ ਬੱਚਿਆਂ ਦੀ ਮਰਜ਼ੀ ਆ, ਨਿਆਣੇ ਨੂੰ ਜਿੱਦਾਂ ਚੰਗਾ ਲੱਗਦਾ ਇਹਨਾਂ ਨੇ ਤਾਂ ਉਦਾਂ ਹੀ ਕਹਿਣਾ, ਇਹਨਾਂ ਨੇ ਕਿਸੇ ਦੀ ਸੁਣਦੀ। ਪਰ ਜਦੋਂ ਦੂਜੇ ਦਾ ਨਿਆਣਾ, ਦੂਜੇ ਦਾ ਜਵਾਕ ਉਹ ਚੀਜ਼ਾਂ ਕਰਦਾ ਫਿਰ ਤੁਹਾਡੇ ਮੇਰੇ 'ਚ ਕਿਉਂ ਲੜਦੀ ਆ, ਹਨਾ? ਸੋ ਜੋ ਆਪਾਂ ਜੇ ਚਾਹੁੰਦੇ ਹਾਂ ਵੀ ਸਾਡੇ ਘਰ ਕੋਈ ਇੰਟਰਫੇਅਰ ਨਾ ਕਰੇ, ਵੀ ਸਾਡੇ ਵਿੱਚ ਆ ਕੇ ਕੋਈ ਬੋਲੇ ਨਾ, ਤਾਂ ਆਪਾਂ ਨਾ ਵੀ ਕੋਈ ਮਤਲਬ ਨਹੀਂ ਬਣਦਾ ਕਿ ਆਪਾਂ ਦੂਜੇ ਦੇ ਘਰ ਜਾ ਕੇ ਨਿਗਾਹ ਰੱਖੀਏ, ਦੂਜੇ ਦੇ ਲਈ ਬੋਲੀਏ। ਉਹਨਾਂ ਦੀ ਲਾਈਫ ਆ, ਸਾਡੀ ਲਾਈਫ ਆ, ਅਸੀਂ ਆਪਣੇ ਢੰਗ ਨਾਲ ਜੀਨੇ ਆ, ਤੁਹਾਡੀ ਲਾਈਫ ਆ, ਤੁਸੀਂ ਆਪਣੇ ਢੰਗ ਨਾਲ ਜੀਓ। ਐਵੇਂ ਹੈ ਨਾ, ਉਹ ਚੜੇ 'ਚ ਸੋਟਾ ਮਾਰਨ ਵਾਲਾ ਕੰਮ ਨਾ ਕਰਿਆ ਕਰੋ, ਹੈ ਨਾ? ਅਤੇ ਰਹੀ ਗੱਲ ਕੁੜੀਆਂ ਨੂੰ, ਆਹ ਮੈਂ ਦੇਖਿਆ ਕਈਆਂ ਦੇ ਘਰ ਤਿੰਨ ਤਿੰਨ ਚਾਰ ਚਾਰ ਕੁੜੀਆਂ ਆ, ਮੈਨੂੰ ਇੱਦਾਂ ਦੇ ਪੋਜ਼ਿਟਿਵ ਕਮੈਂਟ ਵੀ ਆਉਂਦੇ ਆ ਵੀ ਹਾਂ, ਪਰ ਅਸੀਂ ਆਪਣੀਆਂ ਕੁੜੀਆਂ ਨੂੰ ਤੁਹਾਡੀਆਂ ਵੀਡੀਓਜ਼ ਦਿਖਾਉਂਦੇ ਹੁੰਦੇ ਹਾਂ, ਮੋਟੀਵੇਟ ਕਰਦੇ ਹੁੰਦੇ ਹਾਂ ਕਿ ਦੇਖੋ ਆ ਕੁੜੀਆਂ ਕੰਮ ਕਰਦੀਆਂ ਵਾ, ਵੀ ਤੁਸੀਂ ਵੀ ਇੱਦਾਂ ਬਣਨਾ ਵਾ, ਸਟਰੋਂਗ ਚਲੋ, ਵਧੀਆ ਆ, ਵਾਹਿਗੁਰੂ ਮਿਹਰ ਕਰੇ, ਸਾਰਿਆਂ ਦੀਆਂ ਧੀਆਂ ਭੈਣਾਂ ਆਪਣੇ ਘਰ ਸੁਖੀ ਹੋਣ, ਸਾਨੂੰ ਜਿਹੜਾ ਸਾਡੇ ਕਰਮਾਂ 'ਚ ਅਸੀਂ ਜੋ ਸਾਨੂੰ ਮਿਲ ਰਿਹਾ ਵਾ ਜਾਂ ਮਿਲ ਗਿਆ ਜੋ ਵੀ, ਹੈ ਨਾ? ਅਤੇ ਮਤਲਬ ਕੁੜੀਆਂ ਨੂੰ ਤੁਹਾਨੂੰ ਸਟਰੋਂਗ ਕਰਨਾ ਚਾਹੀਦਾ, ਜਿਹੜੀਆਂ ਕੁੜੀਆਂ ਇੱਦਾਂ ਦੇ ਹਾਲਾਤਾਂ ਦੇ ਵਿੱਚੋਂ ਨਿਕਲਦੀਆਂ ਆ, ਹੈ ਨਾ? ਪਰਮਾਤਮਾ ਧੀ ਭੈਣ ਵੀ ਉਹਨਾਂ ਦੇ ਘਰ ਹੀ ਦਿੰਦਾ ਜਿਨ੍ਹਾਂ ਦੀ ਔਕਾਤ ਹੁੰਦੀ ਆ ਉਹਨਾਂ ਨੂੰ ਪਾਲਣ ਦੇ ਲਈ। ਜਿਹੜਾ ਬੰਦਾ ਵਧੀਆ ਪਰਵਰਿਸ਼ ਕਰੂਗਾ, ਹੈ ਨਾ, ਪਰਮਾਤਮਾ ਧੀ ਵੀ ਉਹਨਾਂ ਦੇ ਘਰ ਦਿੰਦਾ ਆ। ਧੀ ਐਵੇਂ ਨਹੀਂ ਕਿਸੇ ਦੇ ਘਰ ਆ ਜਾਂਦੀ, ਲਕਸ਼ਮੀ ਕਹਿੰਦੇ ਆ ਨਾ ਕੁੜੀ ਨੂੰ, ਲਕਸ਼ਮੀ ਇੱਦਾਂ ਹੀ ਨਹੀਂ ਆ ਜਾਂਦੀ ਹੈਗੀ ਕਿਸੇ ਦੇ ਘਰ ਕਿ ਹਾਂ ਬਈ ਜਿੱਥੇ ਉਹਦੀ ਕਦਰ ਨਾ ਹੋਵੇ। ਦੇਖੋ ਮੋਸਟਲੀ ਜਿਨ੍ਹਾਂ ਦੇ ਘਰ ਵੀ ਕੁੜੀਆਂ ਹੋਣਗੀਆਂ, ਹੈ ਨਾ, ਉਹ ਘਰ ਸਵਰਗ ਹੁੰਦਾ ਆ, ਜਿਸ ਘਰ ਕੁੜੀ ਨਹੀਂ ਉਹ ਖਾਲੀ ਸੁਨਸਾਨ, ਮਤਲਬ ਕੋਈ ਆਵੇ ਕੋਈ ਜਾਵੇ ਕੁਛ ਪਤਾ ਨਹੀਂ ਲੱਗਦਾ। ਸੋ ਕੁੜੀਆਂ ਦੀ ਇੱਜ਼ਤ ਕਰਿਆ ਕਰੋ, ਆਪਣੀਆਂ ਧੀਆਂ ਭੈਣਾਂ ਨੂੰ ਵਧੀਆ ਰੱਖੋ, ਵਧੀਆ ਪਰਵਰਿਸ਼ ਦਿਓ, ਅਤੇ ਦੂਜਿਆਂ ਧੀਆਂ ਭੈਣਾਂ ਦੀ ਵੀ ਇੱਜ਼ਤ ਕਰਿਆ ਕਰੋ। ਅਤੇ ਮੈਂ ਸਟੋਰੀ ਪਾਈ ਸੀ ਵਿੱਚ ਰਹੀ ਗੱਲ, ਹੈ ਨਾ, ਮੀਨਸ ਇੰਨੇ ਪੋਜ਼ੀਟਿਵ ਕਮੈਂਟ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਂਦੀ ਹਾਂ, ਦੋ ਚਾਰ ਕੁ ਹੈਗੇ ਆ। ਕਹਿੰਦੇ ਮੈਂ ਲਿਖਿਆ ਕੀ ਸੀ ਪਹਿਲਾਂ ਮੈਂ ਉਹ ਦੱਸ ਦਿੰਦੀ ਹਾਂ। ਸਭ ਦੇ ਘਰ ਮਾਂ ਭੈਣ ਬੇਟੀਆਂ ਹੈਗੀਆਂ, ਅਤੇ ਹਰ ਕੋਈ ਚਾਹੁੰਦਾ ਹੈ ਕਿ ਉਹ ਨਾਮ ਕਮਾਉਣ, ਦੁਨੀਆਂ ਦੇ ਉੱਤੇ ਅਮੀਰ ਬਣਨ, ਕਾਮਯਾਬ ਹੋਵੇ। USA ਤੁਸੀਂ ਕੈਨੇਡਾ USA ਤਾਂ ਉਹਨਾਂ ਨੂੰ ਭੇਜ ਰਹੇ ਹੋ, ਉੱਥੇ ਜਾ ਕੇ ਉਹਨਾਂ ਨੂੰ ਖੁੱਲ੍ਹ ਦੇ ਰਹੇ ਹੋ, ਪਰ ਜਿਹੜੀਆਂ ਇੰਡੀਆ ਰਹਿ ਕੇ ਇੱਥੇ ਕੰਮ ਕਰ ਰਹੀਆਂ ਉਹਨਾਂ ਦੇ ਉੱਤੇ ਰੋਕ ਟੋਕ ਕਰ ਰਹੇ ਹੋ, ਸਭ ਕੁਛ ਕਰ ਰਹੇ ਹੋ ਵੀ ਹਾਂ ਇਹ ਕਿਉਂ ਇੱਦਾਂ ਕਰ ਰਹੀ ਹੈ, ਕਿਵੇਂ ਇੱਦਾਂ ਕਰ ਰਹੀ ਹੈ, ਹੈ ਨਾ? ਅਤੇ ਗਲਤ ਕਮੈਂਟ, ਨੈਗੇਟਿਵ ਕਮੈਂਟ ਕਰਨਾ ਉਹਨੂੰ, ਜਿਹੜੇ ਇੱਦਾਂ ਦੇ ਕਰਦੇ ਰੱਬ ਉਹਨਾਂ ਨੂੰ ਚਾਰ ਚਾਰ ਧੀਆਂ ਦੇਵੇ। ਸੋ ਮੈਂ ਇਹ ਸਟੋਰੀ ਪਾਈ ਸੀਗੀ ਨਾ, ਅਤੇ ਇਹਦੇ ਵਿੱਚ ਕਮੈਂਟ ਆਏ ਸੀਗੇ ਬਹੁਤ ਪੋਜ਼ੀਟਿਵ ਕਮੈਂਟ, ਕੁੜੀਆਂ ਨੇ ਬਹੁਤ ਕਰੋ ਵੀ ਤੁਸੀਂ ਇਗਨੋਰ ਕਰਿਆ ਕਰੋ ਇਹਨਾਂ ਦੀਆਂ ਚੀਜ਼ਾਂ ਨੂੰ, ਐਵੇਂ ਦੀਆਂ ਚੀਜ਼ਾਂ ਨੂੰ ਇਗਨੋਰ ਕਰ ਦਿੰਦੀ ਹਾਂ, ਪਰ ਕਦੀ ਕਦੀ ਸਾਹਮਣੇ ਆ ਜਾਂਦੇ ਨਾ, ਸੋ ਆਪਾਂ ਤਾਂ ਕਮੈਂਟ ਹੀ ਬੰਦ ਕਰ ਦਿੱਤੇ ਹੁਣ। ਅਤੇ ਕਹਿੰਦੇ ਕਿਸੇ ਨੇ ਕਮੈਂਟ ਕੀਤਾ, ਇੱਥੇ ਸ਼ੁਰੂ ਤੋਂ ਹੀ ਕੁੜੀਆਂ ਨੂੰ ਫੈਸਲੇ, ਕੁੜੀਆਂ 'ਤੇ ਫੈਸਲੇ ਥੋਪੇ ਜਾਂਦੇ ਆ, ਉਹਨਾਂ ਨੂੰ ਪੁੱਛਿਆ ਦੱਸਿਆ ਨਹੀਂ ਜਾਂਦਾ ਕੁਛ ਵੀ ਤੂੰ ਕੀ ਕਰਨਾ ਹੈ ਲਾਈਫ ਦੇ ਵਿੱਚ, ਤੂੰ ਕੀ ਕਰਨਾ ਚਾਹੁੰਦੀ ਆ, ਹੈ ਨਾ? ਇਹ ਕਿਸੇ ਭੈਣ ਨੇ ਮੈਨੂੰ ਕਮੈਂਟ ਕੀਤਾ ਸੀਗਾ। ਅਤੇ ਕਿਸੇ ਨੇ ਕਿਹਾ ਵੀ ਜਿਹਨੇ ਕੰਮ ਕਰਨਾ ਆ ਉਹਨੇ ਇੱਥੇ ਇੰਡੀਆ ਪੰਜਾਬ ਦੇ ਵਿੱਚ ਹੀ ਰਹਿ ਕੇ ਕਰ ਲੈਣਾ, ਜਿਹਨੇ ਨਹੀਂ ਕਰਨਾ ਉਹ ਚਾਹੇ ਕੈਨੇਡਾ ਚੱਲ ਜਾਏ ਚਾਹੇ USA ਚੱਲ ਜਾਏ, ਉਹਨੇ ਕੰਮ ਉੱਥੇ ਨਹੀਂ ਕਰਨਾ। ਹਰਪਾਲ ਕੌਰ ਜੀ ਟੈਨਸ਼ਨ ਨਹੀਂ ਲੈਣੀ, ਦੁਨੀਆ ਬਹੁਤ ਡੈਸ਼ ਆ, ਪੰਜੇ ਉਂਗਲਾਂ ਇੱਕੋ ਬਰਾਬਰ ਨਹੀਂ ਹੁੰਦੀਆਂ, ਹੁਣ ਡੈਸ਼ ਦੇ ਵਿੱਚ ਜੋ ਤੁਸੀਂ ਮਰਜ਼ੀ ਭਰ ਲਓ। ਹਾਏ ਗਰਮੀ, ਸਿਸਟਰ ਜੀ ਤੁਸੀਂ ਆਪਣਾ ਕੰਮ ਕਰੋ, ਲੋਕਾਂ ਦੀ ਪਰਵਾਹ ਨਾ ਕਰੋ, ਇਗਨੋਰ ਕਰੋ, ਕੰਮ ਕਰੋ, ਦੁਨੀਆ 'ਤੇ ਬੇਵਕੂਫ ਆ। ਮੈਂ ਇਹੀ ਕਹਿ ਰਹੀ ਹਾਂ, ਪਲੀਜ਼ ਜੇ ਕੋਈ ਕੁੜੀ ਕਾਮਯਾਬ ਹੁੰਦੀ ਆ, ਕੰਮ ਕਰਦੀ ਆ, ਉਹਨੂੰ ਆਪਣਾ ਕੰਮ ਕਰਨ ਦਿਓ, ਹੈ ਨਾ? ਉਹਨੂੰ ਜੱਜ ਨਾ ਕਰੋ ਕਿ ਯੇ ਆ ਵੋ ਆ, ਸਾਨੂੰ ਪਤਾ, ਸਾਡੇ ਮਾਂ ਪਿਓ ਨੂੰ ਪਤਾ ਵੀ ਅਸੀਂ ਕਿੱਦਾਂ ਦੇ ਹਾਂ, ਕਿਵੇਂ ਆ। ਮੈਂ ਆਪਣੇ ਲਈ ਨਹੀਂ, ਮੈਂ ਹਰ ਇੱਕ ਕੁੜੀ ਲਈ ਕਹਿ ਰਹੀ ਹਾਂ, ਉਹਨਾਂ ਨੂੰ ਪਤਾ ਆ ਵੀ ਉਹਨਾਂ ਦੀਆਂ ਧੀਆਂ ਕਿੱਦਾਂ ਦੀਆਂ ਆ, ਕਿਵੇਂ ਆ। ਸਾਡੇ ਪਿਓ ਨੂੰ ਸਾਨੂੰ ਮੁੰਡਿਆਂ ਵਾਂਗੂ ਬਣਾ, ਮੈਂ ਤਾਂ ਕਹਿੰਦੀ ਹਾਂ ਮੇਰੇ ਡੈਡੀ ਵਰਗਾ ਪਿਓ ਹਰ ਇੱਕ ਧੀ ਨੂੰ ਮਿਲੇ, ਹੈ ਨਾ? ਅਤੇ ਵੀ ਉਹ ਉਹਨੂੰ ਅੱਗੇ ਲੈ ਕੇ ਜਾਵੇ, ਕਾਮਯਾਬ ਕਰੇ, ਹੈ ਨਾ? ਮੇਰੇ ਫਾਦਰ ਬਹੁਤ ਸਪੋਰਟਿਵ ਆ, ਬਹੁਤ ਸੀਰੀਅਸਲੀ, ਮੈਂ ਟੱਚ ਵੁੱਡ ਕਰਦੀ ਹਾਂ, ਰੱਬ ਇੱਦਾਂ ਦਾ ਪਿਓ ਹਰ ਇੱਕ ਧੀ ਨੂੰ ਦੇਵੇ। ਪਰ ਤੁਸੀਂ ਵੀ ਆਪਣੀ ਚੇਂਜ ਕਰੋ ਥੋੜ੍ਹੀ ਜਿਹੀ ਸੋਚ, ਆਪਾਂ 21ਵੀਂ ਸਦੀ ਦੇ ਵਿੱਚ ਆ, ਜੇ ਮੇਰਾ ਫਾਦਰ ਮੇਰੇ ਔਖੇ ਟਾਈਮ 'ਚ ਮੇਰੇ ਨਾਲ ਨਾ ਖੜਦਾ ਨਾ, ਤਾਂ ਆਪਾਂ ਪਤਾ ਨਹੀਂ ਕਿੱਥੇ ਹੋਣਾ ਸੀ, ਕਿਵੇਂ ਹੋਣਾ ਸੀ, ਕਿੱਦਾਂ ਹੋਣਾ ਸੀ, ਉੱਥੇ ਹੀ ਉਸੇ ਜਗ੍ਹਾ 'ਤੇ, ਪਤਾ ਨਹੀਂ, ਰੋਈ ਪਿੱਟੀ ਜਾਣਾ ਸੀ, ਗਰੀਬੀ ਕੱਟਣੀ ਸੀ। ਸੋ ਕੁੜੀਆਂ ਨੂੰ ਮੌਕਾ ਦਿਓ,
काम करो, चिल करो, लाइफ इंजॉय करो, ठीक आ। ते हो सके तो कुड़िया दे लई है ना थोड़ा या मैं सारे मुंडिया नू नहीं कह रही, प्लीज़ थोड़ी ना दयालता दिखाया करो उन्हां दे लई, हर एक कुड़ी लई यार। कोई भी नहीं मतलब जे कोई कुछ पता नहीं मैं हुण की कहां, मैनू सोचदा ही नहीं समझ लगदा लोकां दी दा वी मैं, ते मैं किदा होर कमेंट पढ़ के सुनानी है। खली बली करो सब, भौंकना है इन्हां दा कम है ना। पॉजिटिव रहा करो जी। सही क्या कुड़ियां जिस प्यो दे हुंदियां आ बहुत बहादुर ते किस्मत वाले प्यो हुंदा जेड़ा पाल के पढ़ा लैंदा या आ गल बिल्कुल सही आ। हुण दी जेड़ी जनरेशन जदों इन्हां दे न्याणे होणगे, मेरे फादर दे कहिंदे सानू भी विच ही इन्हां को एक जवाक नहीं पाल होना, जिथे पहले टाइम च चार चार पांच पांच दस दस भैणां दस दस कुड़ियां भी होईयां लोकां ने मारियां नहीं हैगियां उन्हां ने है ना, ते उन्हां ने भी अपने न्याणे पाले आ तीन तीन कुड़ियां चार चार। सो मैं लास्ट तां यही कह रही हाँ प्लीज़ हाथ जोड़ के बेनती है जे कोई कुड़ी पंजाब च रह के इंडिया च रह के कामयाब हुंदी आ उहदियां लत्तां खिंचण दी बजाए उहनूं पॉजिटिव करिया करो ना कि उहनूं नैगेटिव, कि वह जो चंगा काम करती पई भी उहदे विच भी बस उहदी बस ही हो जाए। थोड़ा जिहा अपना माइंड फ्रैश रखिया करो। बहुत सारे लोग आ जिहड़े कि जिन्हां नूं आपां जाणदे नहीं हुंदे बस एवें इधर उधर फालतू फालतू गलतां कर करके उहनां दीआं एक इमेज बना दिंदे आ वी आह बंदा इदां दा, जद तक तुसीं उहनूं मिलदे नहीं उहनां गल्लबात नहीं करदे तुहानूं पता नहीं लगना कि उह किवें दा आ किद्दां आ। ते मैं तां इही लास्ट इही कहना चाहूँगी जिहड़े नैगेटिव कमेंट करदे आ उहनां ने आप तां कुछ करना कराउणा हुंदा नहीं, ते दूजे नूं करदे आ नूं देख के उह मचदे आ। सो मचो ना, सड़िया ना करो, रीस करिया करो, ठीक आ। ते बस इन्ना कि सी, ते कुड़ियां नूं यही कहना चाहूँगी कि डरन दी लोड़ नहीं हैगी, जो तुहाडे दिल च आउंदा आ अपने काम प्रति अपनी फैमिली प्रति जो भी तुसीं करना चाहुंदे हो करो, बट सही तरीके नाल करो है ना, कि कल नूं कोई तुहाडे ते उंगली ना चक सके। ते अपनी लाइफ इंजॉय करो, पैसे कमाओ, बैंक बैलेंस बनाओ, कामयाब होवो, अपने पेरेंट्स दी इज्जत करो, ये चीज़ा तो मेरे ते भी लागू होंदिया। ते बस खुश रहा करो, छोटी जी जिंदगी आ, पता नहीं कदों पटाका पै जाना है ना, किसी का नहीं पता कदों की हो जाना, ना दुखी होवो ना ही किसी नूं दुखी करो। सब तो वड्डा पाप आपां जदों किसी का दिल दुखाउंदे आ, रब सारे ही सज़ा माफ़ कर दिंदा बट जदों आपां किसी का दिल दुखाउंदे आ ना वो सज़ा माफ़ नहीं करता। सो खुश रहो, आबाद रहो, थैंक यू।